ਗੋਲੀਆਂ ਚਲਾਉਣ ਵਾਲੇ ਮੁਸਫਰਾਂ ਤੇ ਪਰਚੇ ਦਰਜ ਕਰੋ, ਕਿਸਾਨਾਂ ਦੇ ਗੋਲੀਆਂ ਚਲਾਉਣ ਵਾਲੇ ਮੁਸਫਰਾਂ ਤੇ ਪਰਚੇ ਦਰਜ ਕਰੋ। ਕਿਸਾਨ ਜਥੇਬੰਦੀਆਂ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਕਿਸਾਨਾਂ ਮਜ਼ਦੂਰਾਂ ਦਾ ਇੱਕ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਕਿਸਾਨਾਂ ਮਜ਼ਦੂਰਾਂ ਦਾ ਇੱਕ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਕੇਂਦਰ ਦੀ ਹਕੂਮਤ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਬਲਾਕ ਫਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਸਾਂਝੇ ਤੌਰ ਤੇ ਐਸਡੀਐਮ ਦਫ਼ਤਰ ਫਤਿਹਗੜ੍ਹ ਚੂੜੀਆਂ ਬਾਹਰ ਦਿੱਤਾ ਗਿਆ ਰੋਸ ਧਰਨਾ। ਕਿਸਾਨ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੂਕਿਆ ਪੁਤਲਾ, ਮੰਗਾਂ ਨਾ ਮੰਨਣ ਤੇ ਕੀਤਾ ਜਾਵੇਗਾ ਸੰਘਰਸ਼ ਤੇਜ਼। ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਬਲਾਕ ਫਤਿਹਗੜ੍ਹ ਚੂੜੀਆਂ ਬਲਾਕ ਡੇਰਾ ਬਾਬਾ ਨਾਨਕ ਵੱਲੋਂ ਸਾਂਝੇ ਤੌਰ ਤੇ ਫਤਿਹਗੜ੍ਹ ਚੂੜੀਆਂ ਦੇ ਐਸਡੀਐਮ ਦਫ਼ਤਰ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਇਕੱਠੇ ਹੋਏ ਕਿਸਾਨਾਂ ਨੇ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਵੱਖ ਵੱਖ ਕਿਸਾਨ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਉਹਨਾਂ ਪੁਲਿਸ ਅਫਸਰਾਂ ਨੂੰ 15 ਅਗਸਤ ਤੇ ਸਨਮਾਨਿਤ ਕਰਨ ਜਾ ਰਹੀ ਹੈ ਜਿਨ੍ਹਾਂ ਅਫਸਰਾਂ ਨੇ ਬੀਤੀ 13 ਫਰਵਰੀ ਦੌਰਾਨ ਜੋ ਸ਼ੰਭੂ ਬਾਰਡਰ ਉੱਪਰ ਅਤੇ ਖਨੌਰੀ ਬਾਰਡਰ ਉੱਪਰ ਕਿਸਾਨਾਂ ਉੱਪਰ ਜਿਹੜੇ ਅਫਸਰਾਂ ਨੇ ਲਾਠੀਚਾਰਜ ਕੀਤਾ ਸੀ, ਜੋ ਗੋਲੇ ਵਰਾਏ ਸਨ ਅਤੇ ਗੋਲੀਆਂ ਚਲਾਈਆਂ ਸਨ, ਉਹਨਾਂ ਨੂੰ 15 ਅਗਸਤ ਨੂੰ ਸਨਮਾਨਿਤ ਕਰਨ ਜਾ ਰਹੇ ਹਨ ਜਿਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਫਤਿਹਗੜ੍ਹ ਚੂੜੀਆਂ ਮਾਰਕੀਟ ਕਮੇਟੀ ਦਫ਼ਤਰ ਬਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ NDA ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਉਹਨਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਨ ਅਤੇ ਉਹਨਾਂ ਮੰਗਾਂ ਨੂੰ ਲੈ ਕੇ ਅੱਜ ਦਾਣਾ ਮੰਡੀ ਫਤਿਹਗੜ੍ਹ ਚੂੜੀਆਂ ਵਿਖੇ ਸਥਿਤ ਮਾਰਕੀਟ ਕਮੇਟੀ ਦਫ਼ਤਰ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜੋ ਮੈਂਬਰ ਅਤੇ ਅਹੁਦੇਦਾਰ ਨੇ ਉਹਨਾਂ ਵੱਲੋਂ ਵਿਸ਼ਾਲ ਰੋਸ ਧਰਨਾ ਵੀ ਦਿੱਤਾ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ ਗਿਆ। ਗੱਲਬਾਤ ਕਰਦੇ ਹਾਂ ਵੱਖ ਵੱਖ ਅਹੁਦੇਦਾਰਾਂ। ਹਾਂਜੀ, ਅੱਜ ਜਿਹੜਾ ਅਸੀਂ ਇੱਥੇ ਮੋਦੀ ਦਾ ਪੁਤਲਾ ਫੂਕਣਾ ਹੈ, ਉਹਦੇ ਪਿੱਛੇ ਮਕਸਦ ਆ ਵੀ ਜਦੋਂ ਕਿਸਾਨ ਅੰਦੋਲਨ ਜਿਹੜਾ ਆ ਦੋ ਜਿਹਨੂੰ ਕਹਿੰਦੇ ਆ, ਉਹ 13 ਫਰਵਰੀ ਨੂੰ ਦਿੱਲੀ ਜਿਹੜਾ ਆ ਉਹ ਆਪਣੀਆਂ ਮੰਗਾਂ ਵਾਸਤੇ ਆਪਣੇ ਰਾਜੇ ਨੂੰ ਰਾਜਧਾਨੀ ਮਿਲਣ ਜਾ ਰਿਹਾ ਸੀ ਸ਼ਾਂਤਮਈ ਢੰਗ ਨਾਲ, ਤਾਂ ਉਸ ਸਮੇਂ ਹਰਿਆਣੇ ਦੀ ਸਰਕਾਰ ਨੇ ਹਾਈਵੇ ਦੇ ਉੱਤੇ ਸੜਕਾਂ ਦੇ ਉੱਤੇ ਕੰਧਾਂ ਕੱਢ ਕੇ ਅਤੇ ਕਿਸਾਨਾਂ ਦੇ ਸ਼ਾਂਤਮਈ ਕਾਫਲੇ ਨੂੰ ਰੋਕ ਲਿਆ ਸੀ। ਇਕੱਲਾ ਰੋਕਿਆ ਹੀ ਨਹੀਂ, ਸਗੋਂ ਡਰੋਨ ਰਾਹੀਂ ਜ਼ਹਿਰੀਲੇ ਅਥਰੂ ਗੈਸ ਗੋਲੀਆਂ ਮਾਰ ਕੇ ਅਤੇ 400 ਤੋਂ ਵੱਧ ਜਿਹੜਾ ਕਿਸਾਨ ਗੰਭੀਰ ਜ਼ਖਮੀ ਕਰਦਾ ਸੀ, ਕਿਸੇ ਦੀ ਅੱਖ ਖਰਾਬ ਹੋ ਗਈ, ਕਿਸੇ ਦੀ ਲੱਤ ਟੁੱਟ ਗਈ, ਕਿਸੇ ਦੀ ਬਾਂਹ ਟੁੱਟ ਗਈ। ਫਿਰ ਉਸ ਤੋਂ ਬਾਅਦ 21 ਫਰਵਰੀ ਨੂੰ ਦੁਬਾਰਾ ਕਿਸਾਨਾਂ ਨੇ ਫਿਰ ਕੋਸ਼ਿਸ਼ ਕੀਤੀ ਸ਼ਾਂਤਮਈ ਢੰਗ ਨਾਲ ਦਿੱਲੀ ਜਾਣ ਦੀ, ਤਾਂ ਹਰਿਆਣੇ ਦੀ ਪੁਲਿਸ ਨੇ ਪੰਜਾਬ ਵਿੱਚ ਆ ਕੇ ਖਨੌਰੀ ਬਾਰਡਰ ਦੇ ਉੱਤੇ ਇੱਕ ਕਿਸਾਨ ਨੌਜਵਾਨ ਕਿਸਾਨ ਸ਼ੁਭ ਕਰਨ ਨੂੰ ਜਿਹੜਾ ਸਿੱਧੀ ਗੋਲੀ ਮਾਰ ਕੇ ਸ਼ਹੀਦ ਕਰਤਾ, ਇੱਕ ਨੌਜਵਾਨ ਨੂੰ ਜਬਰੀ ਚੁੱਕ ਕੇ ਲੈ ਗਏ ਬੋਰੀ 'ਚ ਪਾ ਕੇ, ਉਹਦੇ 'ਤੇ ਇੰਨਾ ਅੰਨਾ ਤਸ਼ੱਦਦ ਕੀਤਾ ਵੀ ਉਹਦੇ ਮੂੰਹ ਦੇ ਜਬਾੜੇ ਵੀ ਜਿਹੜੇ ਤੋੜ ਦਿੱਤੇ। ਇਹ ਜਿਹੜੇ ਪੁਲਿਸ ਅਫਸਰਾਂ ਨੇ ਜਬਰ ਕੀਤਾ ਸੀਗਾ, ਚਾਹੀਦਾ ਸੀਗਾ ਵੀ ਆਜ਼ਾਦ ਭਾਰਤ ਦੇ ਵਿੱਚ ਹਰ ਇੱਕ ਨੂੰ ਆਪਣਾ ਗੱਲ ਕਰਨ ਦਾ, ਆਪਣੇ ਸੰਘਰਸ਼ ਕਰਨ ਦਾ ਹੱਕ ਆ, ਵੀ ਉਸ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਪਰ ਇਹਦੇ ਉਲਟ ਅੱਜ ਉਹ ਜਿਨ੍ਹਾਂ ਪੁਲਿਸ ਅਫਸਰਾਂ ਨੇ ਜਬਰ ਕੀਤਾ ਸੀ ਉਹਨਾਂ ਨੂੰ
ਹਰਿਆਣਾ ਸਰਕਾਰ ਦੀ ਸਿਫਾਰਿਸ਼ 'ਤੇ ਕੇਂਦਰ ਦੀ ਸਰਕਾਰ 15 ਅਗਸਤ ਨੂੰ ਰਾਸ਼ਟਰਪਤੀ ਅਵਾਰਡ ਨਾਲ ਜਿਹੜੀ ਸਨਮਾਨਿਤ ਕਰਨ ਜਾ ਰਹੀ ਆ। ਜੋ ਅਸੀਂ ਸਮਝਦੇ ਹਾਂ ਵੀ ਇਹ ਕਿਸਾਨਾਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਵਾਲੀ ਗੱਲ ਆ, ਸਗੋਂ ਇਹਦੇ ਉਲਟ ਚਾਹੀਦਾ ਵੀ ਮੋਦੀ ਸਰਕਾਰ ਨੂੰ ਵੀ ਉਹਨਾਂ ਪੁਲਿਸ ਅਫਸਰਾਂ ਦੇ ਜਿਨ੍ਹਾਂ ਨੇ ਕਿਸਾਨਾਂ 'ਤੇ ਤਸ਼ੱਦਦ ਕੀਤਾ, ਗੋਲੀ ਚਲਾਈ ਆ, ਕਿਸਾਨ ਸ਼ਹੀਦ ਕੀਤਾ, ਉਹਨਾਂ ਨੂੰ ਸਸਪੈਂਡ ਕਰਕੇ ਨੌਕਰੀ ਤੋਂ ਬਾਹਰ ਕਰਕੇ ਸਜ਼ਾਵਾਂ ਦਿੱਤੀਆਂ ਜਾਣ ਅਤੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਤਾਂ ਕਿ ਕਿਸਾਨ ਆਪਣੇ ਘਰਾਂ 'ਚ ਵਾਪਸ ਆ ਸਕਣ। ਪਰ ਇਹ ਜਿਹੜੀ ਮੋਦੀ ਦੀ ਹਕੂਮਤ ਆ, ਇਹ ਅੰਗਰੇਜ਼ਾਂ ਵਾਲੇ ਸਾਮਰਾਜੀਆਂ ਵਾਲੇ ਰਾਹ ਪਈ ਆ। ਅੰਗਰੇਜ਼ ਹਕੂਮਤ ਇਸ ਤਰ੍ਹਾਂ ਕਰਦੀ ਸੀ ਵੀ ਨਾਲੇ ਕਿਸਾਨਾਂ 'ਤੇ ਮਜ਼ਦੂਰਾਂ 'ਤੇ ਤਸ਼ੱਦਦ ਕਰਦੀ ਸੀ ਅਤੇ ਜਿਹੜੇ ਪੁਲਿਸ ਅਫਸਰ ਸੀ ਜਿਹਨਾਂ ਕੋਲ ਤਸ਼ੱਦਦ ਕਰਵਾਉਂਦੀ ਸੀ ਉਹਨਾਂ ਨੂੰ ਮੈਡਲਾਂ ਨਾਲ ਸਨਮਾਨਿਤ ਕਰਦੇ ਸੀ, ਉਹਨਾਂ ਨੂੰ ਜਿਹੜੇ ਉੱਚ ਅਹੁਦੇ ਦਿੱਤੇ ਜਾਂਦੇ ਸੀ। ਮੋਦੀ ਸਰਕਾਰ ਵੀ ਉਸ ਰਾਹ ਪਈ ਆ। ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਇਸ ਪੁਤਲੇ ਫੂਕ ਮੁਹਿੰਮ ਰਾਹੀਂ ਕਿ ਉਹ ਇਸ ਮੁਹਿੰਮ ਤੋਂ ਇਸ ਪਾਸੇ ਤੋਂ ਪਾਸਾ ਵੱਟੇ, ਕਿਸਾਨਾਂ 'ਤੇ ਤਸ਼ੱਦਦ ਕਰਨਾ ਬੰਦ ਕਰੇ, ਉਹਨਾਂ ਨੂੰ ਸਨਮਾਨਿਤ ਨਾ ਕਰੇ, ਸਗੋਂ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਇਹ ਅੱਜ ਜਿਹੜਾ ਇਸ ਪੁਤਲਾ ਫੂਕ ਜਿਹੜਾ ਮੋਦੀ ਦਾ ਫੂਕ ਰਹੇ ਹਾਂ, ਕੇਂਦਰ ਸਰਕਾਰ ਦਾ ਫੂਕ ਰਹੇ ਹਾਂ, ਇਹਦੇ ਪਿੱਛੇ ਇਹ ਸਾਡਾ ਮਕਸਦ ਆ ਵੀ ਕਿਸਾਨਾਂ ਦੀਆਂ ਮੰਗਾਂ ਮਾਰੀਆਂ ਜਾਣ ਅਤੇ ਉਹਨਾਂ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਨਾ ਕਿ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ। ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਅਤੇ ਦੋਵਾਂ ਫੋਰਮਾਂ ਵੱਲੋਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਆ, ਜਿੱਥੇ ਸੈਂਟਰ ਸਰਕਾਰ ਦੇ ਉੱਥੇ ਅਸੀਂ ਆਪਣੇ ਪ੍ਰੈਸ ਵਾਲੇ ਈ ਪੰਜਾਬ ਟੀ ਵੀ ਦਾ ਕੋਟ ਕੋਟ ਧੰਨਵਾਦ ਕਰਦੇ ਹਾਂ ਆਪਣੀ ਜਥੇਬੰਦੀ ਵੱਲੋਂ ਜਿਹੜੇ ਸਪੈਸ਼ਲ ਖਬਰ ਅਸੀਂ ਪ੍ਰੈਸ ਦਾ ਧੰਨਵਾਦ ਕਰਦੇ ਹਾਂ। ਉੱਥੇ ਹੀ ਅੱਜ ਜਿਹੜਾ ਪੰਜਾਬ ਆਪਣੇ ਸੈਂਟਰ ਸਰਕਾਰ ਦਾ ਇਹ ਪੁਤਲਾ ਫੂਕਣ ਦਾ ਸਾਡਾ ਮੁੱਖ ਮਕਸਦ ਇਹ ਸਾਡੇ ਪ੍ਰਧਾਨ ਜੀ ਹੋਣਾ ਵੀ ਦੱਸਿਆ ਵਾ, ਅਸੀਂ ਵੀ ਦੱਸਦੇ ਹਾਂ ਕਿ 13 ਫਰਵਰੀ ਤੋਂ ਲਗਾਤਾਰ ਸਾਡੇ ਸ਼ੰਭੂ ਬਾਰਡਰ ਖਨੌਰੀ ਬਾਰਡਰ 'ਤੇ ਪੂਰੇ ਭਾਰਤ ਦੇ ਜਿਹੜੇ ਕਿਸਾਨ ਆ ਉਹ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲੜ ਰਹੇ ਨੇ। ਹੱਕੀ ਮੰਗਾਂ ਕੋਈ ਨਜਾਇਜ਼ ਨਹੀਂ ਹੈਗੀਆਂ। ਜਿਹੜਾ 13 ਮਹੀਨੇ ਪਹਿਲਾਂ ਸੰਘਰਸ਼ ਲੜਿਆ ਸੀ ਉਹਦੇ ਵਿੱਚ ਸੈਂਟਰ ਸਰਕਾਰ ਇਹ ਮੰਨੀਆਂ ਸੀ ਮੰਗਾਂ ਸਾਰੀਆਂ, ਅਤੇ ਉਹਨਾਂ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਲਗਾਤਾਰ ਸੰਘਰਸ਼ ਜਿਹੜਾ ਉਹ ਵਿੱਢਿਆ ਹੋਇਆ ਵਾ। ਪਰ ਸਾਡੀਆਂ ਮੰਗਾਂ ਮੰਨਣ ਦੀ ਬਜਾਏ ਅੱਜ ਮੋਦੀ ਸਰਕਾਰ ਦੋਹਰੇ ਸੱਥਾਂ ਦੇ ਵਿੱਚ ਆਈ ਆ। ਮੰਗਾਂ ਮੰਨਣ ਦੀ ਬਜਾਏ ਜਿਹੜੇ ਕਿਸਾਨਾਂ ਨੂੰ ਡੱਕਣ ਵਾਲੇ ਜਿਹੜੇ ਉਹ ਪੁਲਿਸ ਅਫਸਰ ਨੇ ਉਹਨਾਂ ਨੂੰ ਰਾਸ਼ਟਰਪਤੀ ਅਵਾਰਡ ਦੇ ਕੇ 15 ਅਗਸਤ ਨੂੰ ਕਿਸਾਨਾਂ ਦੇ ਜ਼ਖਮਾਂ ਦੇ ਉੱਤੇ ਲੂਣ ਜਿਹੜਾ ਉਹ ਪਾਇਆ ਜਾ ਰਿਹਾ ਵਾ, ਇਸ ਗੱਲ ਨੂੰ ਲੈ ਕੇ ਅੱਜ ਪੂਰੇ ਭਾਰਤ ਅੰਦਰ ਮੋਦੀ ਸਰਕਾਰ ਦੇ ਵੱਡੇ ਪੱਧਰ 'ਤੇ ਪੁਤਲੇ ਫੂਕੇ ਜਾ ਰਹੇ ਨੇ। ਅਤੇ ਆਉਣ ਵਾਲੇ ਸਮੇਂ ਵਿੱਚ 15 ਅਗਸਤ ਨੂੰ ਜਿਹੜੀ ਸਾਡੀ ਝੂਠੀ ਆਜ਼ਾਦੀ ਆ, ਕਿਉਂਕਿ ਸਾਡੇ ਜਿਹੜੇ ਕਿਰਤੀ ਲੋਕ ਲੜਦੇ ਨੇ ਉਹ ਇਹ ਗੱਲ ਮੰਨਦੇ ਨੇ ਕਿ ਸਾਡੀ ਆਜ਼ਾਦੀ ਨਹੀਂ ਬਰਬਾਦੀ ਹੋਈ ਆ। ਉਸ ਦਿਨ 10 ਲੱਖ ਲੋਕਾਂ ਦਾ ਖੂਨ ਡੁੱਲਿਆ ਇਸ ਧਰਤੀ 'ਤੇ, ਅਤੇ ਝੂਠੀ ਆਜ਼ਾਦੀ ਜਿਹੜੀ ਝੂਠੇ ਦਾਅਵੇ ਕਰਦੇ ਨੇ ਉਹ ਆਪਣੇ ਜਸ਼ਨ ਮਨਾਉਣਗੇ ਝੂਠੀ ਆਜ਼ਾਦੀ ਦੇ, ਅਤੇ ਅਸੀਂ ਆਪਣੀ ਬਰਬਾਦੀ ਦੇ ਦੁੱਖ ਮਨਾਵਾਂਗੇ, ਅਤੇ ਸੜਕਾਂ ਦੇ ਉੱਤੇ ਪਿੰਡਾਂ ਦੇ ਵਿੱਚ ਟਰੈਕਟਰ ਮਾਰਚ ਕਰਾਂਗੇ। ਇਸ ਕਰਕੇ ਅਸੀਂ ਸਾਰੇ ਕਿਰਤੀ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ 15 ਅਗਸਤ ਨੂੰ ਵੱਡੇ ਪੱਧਰ 'ਤੇ ਟਰੈਕਟਰ ਦੇ ਮਾਰਚ ਦੇ ਵਿੱਚ ਸ਼ਾਮਲ ਹੋ, ਅਤੇ ਆਪਣੀ ਇਹ ਸੈਂਟਰ ਸਰਕਾਰ ਨੂੰ ਜਾਂ ਇੱਥੋਂ ਦੇ ਸਾਮਰਾਜ ਨੂੰ ਇਹ ਗੱਲ ਦੱਸੀਏ ਕਿ ਆਜ਼ਾਦੀ ਝੂਠੀ ਆ। ਇਸ ਕਰਕੇ ਸਾਰੇ ਕਿਰਤੀ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ 15 ਅਗਸਤ ਵਾਲੇ ਦਿਨ ਵੀ ਟਰੈਕਟਰ ਮਾਰਚ ਦੇ ਵਿੱਚ ਸ਼ਾਮਲ ਹੋ, ਅਤੇ ਅੱਜ ਵੀ ਤੁਹਾਡਾ ਕੋਟ ਕੋਟ ਧੰਨਵਾਦ ਕਰਦੇ ਹਾਂ ਜਿਹੜੇ ਅਰਥੀ ਫੂਕ ਮੁਜ਼ਾਹਰੇ ਦੇ ਵਿੱਚ ਸ਼ਾਮਲ ਹੋਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।